ਸਦਿਸ਼ ਰਿਹਾ ਕਾਲ ਦੋਸਤੋ ਦਿੱਲੀ 에어ਪੋਰਟ ਤੋਂ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦਿੱਲੀ 에어ਪੋਰਟ ਤੋਂ ਇੰਡੀਗੋ 에어ਪੋਰਟ ਦਾ ਜਹਾਜ਼ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ ਹੈ ਇੰਡੀਗੋ ਐਲਾਈਨਜ਼ ਦਾ ਜਹਾਜ਼ ਹਵਾਈ ਅੱਡੇ ਤੋਂ ਉਤਰਨ ਤੋਂ ਬਾਅਦ ਟੈਕਸੀ ਵੇ ਦਾ ਰਸਤਾ ਭੁੱਲ ਗਿਆ న్యూਸ ਏਜੰਸੀ ਦੇ ਅਨੁਸਾਰ ਹਵਾਈ ਅੱਡੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਜਹਾਜ਼ ਦੇ ਟੈਕਸੀਵੇ ਤੋਂ ਰਸਤਾ ਭੁੱਲਣ ਦੇ ਕਾਰਨ 28/10 ਦੇ ਰਨਵੇ ਤੋਂ ਕੋਈ ਫਲਾਈਟਾਂ ਦੇ ਰਵਾਨਾ ਹੋਣ ਦੀ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ। ਜਹਾਜ਼ ਨੂੰ ਹਟਾਏ ਜਾਣ ਤੋਂ ਬਾਅਦ ਹੀ ਹਵਾਈ ਅੱਡਾ ਚਾਲੂ ਹੋ ਸਕਿਆ। ਡਿਪਾਰਚਰ ਐਟ ਦਿੱਲੀ 에ਰਪੋਰਟ ਹਾਲਟਡ। ਨਿਊਜ਼ ਏਜੰਸੀ ਦੇ ਮੁਤਾਬਿਕ ਅੰਮ੍ਰਿਤਸਰ ਤੋਂ ਇੰਡੀਗੋ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੇ ਆ ਰਿਹਾ ਸੀ। ਇਸ ਦੌਰਾਨ ਉਸ ਨੂੰ ਲੈਂਡਿੰਗ ਤੋਂ ਬਾਅਦ ਇੱਕ ਅਨਹੋਣੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਟੈਕਸੀਵੇ ਦਾ ਰਸਤਾ ਭੁੱਲ ਗਿਆ ਇਸ ਕਾਰਨ ਹਵਾਈ ਅੱਡੇ ਦਾ 91 ਨੂੰ ਤਕਰੀਬਨ 15 ਮਿੰਟ ਤੱਕ ਬੰਦ ਕਰਨਾ ਪਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ